ਗੱਲ ਇਹ ਤੁਸੀਂ ਬੀਬੀ ਦੀ ਗੱਲ ਕਰਦੇ ਹੋ ਸਕਾਰਯੋਗ ਸਾਡੀ ਭੈਣ ਆ ਪਰ ਇਹ ਅੱਜ ਅਕਾਲੀ ਦਲ ਦੀ ਆਉਣ ਵਾਲੀ ਜ਼ਿਲ੍ਹਾ ਪ੍ਰਧਾਨ ਆ ਤੁਹਾਨੂੰ ਮੈਂ ਦੱਸ ਦੇਣਾ ਮਹਿਲਾ ਵਿੰਗ ਦੀ ਇਹ ਬਣੂਗੀ ਤੁਹਾਡੇ ਸਾਹਮਣੇ ਆ ਸਣੇ ਢਾਂਡੇ ਤੋਂ ਲੈ ਕੇ ਸਣੇ ਹਮੇਸ਼ੰਦਰ ਗਰੇਵਾਲ ਸਾਰੇ ਚੱਲੇ ਹੋਏ ਕਾਰਤੂਸ ਇਹਦੇ ਸਪੋਰਟ ਦੇ ਵਿੱਚ ਪਿੱਛੋਂ ਇਹਨੂੰ ਇਹਨੂੰ ਫੰਡਿੰਗ ਕਰ ਰਹੇ ਆ ਅੱਜ ਇਹ ਮੈਂ ਕਹਿੰਦਾ ਇਹਦੇ ਖਾਤੇ ਦੀ ਚੈਕਿੰਗ ਹੋਣੀ ਚਾਹੀਦੀ ਇਹ ਤੁਹਾਨੂੰ ਕਿੰਨੇ ਪੈਸੇ ਤੁਹਾਨੂੰ ਮਿਲੇ ਆ ਅੱਜ ਤੁਸੀਂ ਇੱਕ ਔਰਤ ਸਮਾਜ ਦੇ ਉੱਪਰ ਕਿੱਡਾ ਬੜਾ ਦਾਗ ਲਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਇਸ ਗੱਲ ਦੀ ਹੱਲੇ ਵੀ ਮੈਂ ਭੈਣ ਨੂੰ ਮੈਂ ਹੱਥ ਜੋੜ ਕੇ ਬੇ ਨਾ ਇਹਨਾਂ ਦੀ ਗੱਲਾਂ ਚਾਹ ਜਿਹੜੀ ਸੱਚਾਈ ਹੈਗੇ ਲੋਕਾਂ ਨੂੰ ਦੱਸ ਜਿੱਥੇ ਬੈਂਸ ਦਾ ਨਾਮ ਆਉਣਾ ਉਥੇ ਮੰਤਰੀ ਆ ਚੁਣੋ ਨਾਮ ਲੈ ਲਓ ਜਿੱਥੇ ਕੋਈ ਆਸ਼ੂ ਦੀ ਗੱਲ ਹੋਣੀ ਹੈ ਉਥੇ ਬੈਂਸ ਦਾ ਨਾਮ ਲੈ ਲਓ ਇਹਨਾਂ ਨੂੰ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਜਿਹੜੇ ਤੁਸੀਂ ਡੀਐਸਪੀ ਸੇਖੋਂ ਦੀ ਗੱਲ ਕਰਦੇ ਹੋ ਉਹ ਡਿਪਰੈਸ਼ਨ ਦਾ ਮਰੀਜ਼ ਆ ਚਿੱਟੇ ਦਾ ਪਰਚਾ ਇਹਦੇ ਤੇ ਹੋਇਆ ਜਾ ਕੇ ਲੱਭੋ ਬਠਿੰਡੇ ਤੁਹਾਨੂੰ ਲੱਭ ਜੂਗਾ ਇਸ ਬੰਦੇ ਦੇ ਉੱਪਰ ਘਰਾਂ ਦੇ ਬਾਹਰ ਲੋਕਾਂ ਨੂੰ ਗੱਡੀਆਂ ਰੋਕਣ ਦਾ ਇਹਨਾਂ ਨੇ ਗੇਟ ਲਾ ਕੇ ਵੀ ਗੱਡੀ ਤੁਹਾਨੂੰ ਨਿਕਲ ਨਹੀਂ ਜਣਨੀ ਤੁਹਾਡੇ ਦੇ ਲੋਕਾਂ ਦੇ ਉੱਪਰ ਸ਼ਰੇਮ ਜ਼ੁਲਮ ਕਰਦਾ ਰਿਹਾ ਇਹ ਤੁਸੀਂ ਪਹਿਲਾਂ ਕਿਉਂ ਨਹੀਂ ਫੰਡ ਦੇ ਜਾਂਦੇ ਇਹਦਾ ਮਤਲਬ ਤੁਸੀਂ 4 ਸਾਲ ਲੋਕਾਂ ਨੂੰ ਨਰਕ ਚ ਕਟਾਉਨੇ ਹੋ ਫਿਰ ਤੁਸੀਂ ਕਹਿੰਦੇ ਵੀ ਆਹ ਤੁਹਾਨੂੰ ਸੜਕਾ ਬਣਾਤੀ ਐ ਵੀ ਐਂਡ ਦੇ ਸਾਲ ਵਾਹੋ ਹੀ ਖੱਟ ਲਈ ਐ ਸਾਹਮਣੇ ਬਾਜੀ ਪਵਾ ਕੇ ਤਾਂ ਹਾਂਗਾ ਰ ਇਹਨੂੰ ਐਮ ਐਲ ਏ ਮੈਂ ਕਹਾਂ ਦੁਬਾਰਾ ਸਾਰੀ ਉਮਰ ਐਮ ਐਲ ਏ ਨਹੀਂ ਬਣਦਾ ਬੈਂਸਾਪ ਦੇ ਪੰਜ ਕੰਮ ਗਿਨਾ ਦਿਓ ਡਿਵੈਲਪਮੈਂਟ ਦੇ ਪੰਜ ਕੰਮ ਗਿਨਾ ਦਿਓ ਉਹਨਾਂ ਦੇ ਤੁਹਾਨੂੰ ਨਾਲ ਲੈ ਕੇ ਚੱਲਦਾ ਤੁਹਾਨੂੰ ਮੈਂ ਕੱਲੇ-ਕੱਲੇ ਡਿਵੈਲਪਮੈਂਟ ਦੇ ਪੰਜ ਕਿਉਂ ਗਿਣਾਉਂਗਾ ਤੁਹਾਨੂੰ ਮੈਂ 100 ਗਿਣਾਉਂਗਾ ਵੀ ਆਹ ਤੁਹਾਨੂੰ ਦੱਸੂਗਾ ਵੀ ਆਹ ਫਲਾਣੇ ਕੰਮ ਕੀਤੇ ਗਿਨਾ ਦਿਓ ਪੰਜ ਵੀ ਇਹਨਾਂ ਦੀ ਕੈਪਟਨ ਨਾਲ ਵਾਲੇ ਸੈਟਿੰਗ ਹੋਗੀ ਇਹਨਾਂ ਦੇ ਜੀ ਫਲਾਣੇ ਲੀਡਰ ਨਾਲ ਸੈਟਿੰਗ ਹੋਗੀ ਜੇ ਸਾਡੀ ਕੈਪਟਨ ਭਾਈ ਸੈਟਿੰਗ ਹੋਵੇ ਸਾਡੇ ਦੇ ਪਰਚੇ ਕਿਉਂ ਹੋਣ ਇਹ ਇਹ ਸਮਝ ਲੈਣਾ ਚਾਹੀਦਾ ਇਹਨਾਂ ਨੂੰ ਵੀ ਤੁਸੀਂ ਹਟ ਜਾਓ ਹੱਲੇ ਵੀ ਹਟ ਜਾਓ ਮਾਫੀ ਮੰਗ ਲਓ ਆ ਕੇ ਬੈਂਸ ਤੋਂ ਲੱਤ ਫੜ ਲਓ ਦੀ ਲੱਤ ਪੈਰ ਫੜ ਲਓ ਤੁਹਾਡਾ ਕੋਈ ਬਣ ਜੂ ਨਗਰ ਕੌਂਸਲ ਦੀਆਂ ਚੋਣਾਂ ਦਾ ਲੋਕ ਇਨਸਾਫ ਪਾਰਟੀ ਆ ਲੋ ਬੁਆਇਕਾਟ ਕੀਤਾ ਗਿਆ ਉਬਾਈਕਾਡ ਦੇ ਪਿੱਛੇ ਕੀ ਕਾਰਨ ਹੈ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਲੋਕ ਇਨਸਾਫ ਪਾਰਟੀ ਦੇ ਮੁਖ ਬਲਾਰਾ ਸਣੀ ਕੈਂਤ ਸਣੀ ਕੈਂਤ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਸਾਰਿਆਂ ਕੀ ਗੱਲ ਕੀ ਹੋ ਗਈ ਜਿੱਥੇ ਇਲੈਕਸ਼ਨ ਚੱਲ ਰਹੇ ਨੇ ਤੁਸੀਂ ਕਦੇ ਆਸਤੇ ਬਾਈਕਾਡ ਕੀਤਾ ਕਦੇ ਆਸਤੇ ਇਲੈਕਸ਼ਨਾਂ ਤੋਂ ਭੱਜ ਲਏ ਹੋ ਤੁਸੀਂ ਨਹੀਂ ਇਲੈਕਸ਼ਨ ਤੋਂ ਭੱਜੇ ਨਹੀਂ ਦੇਖੋ ਅੱਜ ਕਿਸਾਨ ਅੰਦੋਲਨ ਸਿਖਰਾਂ ਤੇ ਸਾਡੇ ਕਿਸਾਨ ਭਰਾ ਉੱਥੇ ਮਜ਼ਦੂਰ ਭਰਾ ਉੱਥੇ ਕਿੰਨੇ ਮਹੀਨਿਆਂ ਤੋਂ ਉੱਥੇ ਦਿੱਲੀ ਬੈਠੇ ਬਾਰਡਰਾਂ ਤੇ ਪਹਿਲਾਂ ਪੰਜਾਬ ਚ ਬੈਠੇ ਰਹੇ ਸੋ ਅੱਜ ਚੋਣਾਂ ਦਾ ਤੁਸੀਂ ਐਲਾਨ ਕਰਦੇ ਹੋ ਇਲੈਕਸ਼ਨ ਕਮਿਸ਼ਨ ਹੁਣ ਪੰਜਾਬ ਸਰਕਾਰ ਉਹ ਕਿੰਨਾ ਕੁ ਵਾਜਬ ਆ ਅੱਜ ਜਿਹੜਾ ਸਾਡਾ ਉੱਥੇ ਲੋਕ ਅੱਜ ਉੱਥੇ ਸਾਡੇ ਭਰਾਵਾਂ ਦੀ ਲੋੜ ਆ ਉੱਥੇ ਇਕੱਲੇ ਇਕੱਲੇ ਬੰਦੇ ਦੀ ਲੋੜ ਆ ਅੰਦੋਲਨ ਦੇ ਵਿੱਚ ਨਾ ਕਿ ਇਲੈਕਸ਼ਨ ਦੇ ਵਿੱਚ ਲੋੜ ਆ ਅੱਜ ਉੱਥੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਡਰ ਬੈਠਾ ਆ 26 ਤਰੀਕ ਤੋਂ ਬਾਅਦ ਉਹਨਾਂ ਲੋਕ ਥੋੜੇ ਵਾਪਸ ਹੋਣੇ ਸ਼ੁਰੂ ਹੋਏ ਸੀ ਅੰਦੋਲਨ ਖਾਲੀ ਹੋਣਾ ਸ਼ੁਰੂ ਹੋ ਗਿਆ ਸੀ ਉਤੋਂ ਇਹਨਾਂ ਨੇ ਇਲੈਕਸ਼ਨ ਦਾ ਐਲਾਨ ਕੀਤਾ ਹੋਇਆ ਵੀ ਇੱਥੇ ਵੋਟਾਂ ਕਰਾਓ ਇਲੈਕਸ਼ਨ ਯਾਰ ਆਪਾਂ ਨੂੰ ਮੈਂ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਔਰ ਇਲੈਕਸ਼ਨ ਕਮਿਸ਼ਨ ਅਸੀਂ ਇਲੈਕਸ਼ਨ ਕਮਿਸ਼ਨ ਦੇ ਪੰਜਾਬ ਦੇ ਅਫਸਰ ਨੂੰ ਜਾ ਕੇ ਮੈਮੋਰੰਡਮ ਦੇ ਕੇ ਆਏ ਵੀ ਇਲੈਕਸ਼ਨ ਕੈਂਸਲ ਕਰ ਦਿੱਤੀ ਜਾਵੇ ਨਹੀਂ ਕੈਂਸਲ ਕਰਨ ਤੁਸੀਂ ਇਹਨੂੰ ਮੁਲਤਵੀ ਕਰ ਦਿਓ ਅੱਗੇ ਕਰ ਦਿਓ ਜਦ ਕਿਸਾਨ ਅੰਦੋਲਨ ਖਤਮ ਹੋਊਗਾ ਉਸ ਤੋਂ ਬਾਅਦ ਤੁਸੀਂ ਇਲੈਕਸ਼ਨ ਕਰਾ ਲਿਓ ਆਪਦੀ ਅਸੀਂ ਤੁਹਾਨੂੰ ਰੋਕਦੇ ਨਹੀਂ ਬਟ ਜਿਹੜੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰ ਰਹੀ ਹੈ ਇਲੈਕਸ਼ਨ ਉਹ ਤੁਸੀਂ ਕਿਉਂ ਨਹੀਂ ਮੁਲਤਵੀ ਕਰ ਰਹੇ ਤੁਹਾਡੀ ਮਨਸ਼ਾ ਕੀ ਆ ਇਹਦੇ ਵਿੱਚ ਪੰਜਾਬ ਸਰਕਾਰ ਇਹਦੇ ਵਿੱਚ ਇਲੈਕਸ਼ਨ ਕਮਿਸ਼ਨ ਇਹਨਾਂ ਦੀ ਮਨਸ਼ਾ ਇਹਦੇ ਉੱਪਰ ਸ਼ੱਕ ਜਾਂਦਾ ਕਿਉਂਕਿ ਇਹ ਕਿਤਨਾ ਕਿਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹੁੰਦੇ ਅੱਜ ਲੋਕ ਉੱਥੇ ਛੱਡ ਕੇ ਅੰਦੋਲਨ ਇੱਥ ਅੰਦੋ ਇੱਕ ਦੋ ਦਿਨਾਂ ਮੇ ਵੋਟਾਂ ਨੇ ਉੱਥੇ ਛੱਡ ਕੇ ਵੋਟਾਂ ਪਾਣ ਆ ਰਹੇ ਕੋਈ ਕੰਪੇਨਿੰਗ ਕਰਨ ਆ ਰਹਿਆ ਕਿੰਨੀ ਡਿਸਰਬੈਂਸ ਜਿਹੜੀ ਹੈਗੀ ਹੈ ਅੰਦੋਲਨ ਦੇ ਵਿੱਚ ਹੋ ਰਹੀ ਆ ਇਸ ਕਰਕੇ ਅਸੀਂ ਬਾਈਕਟ ਕੀਤਾ ਸੀਗਾ ਭੱਜੇ ਬਿਲਕੁਲ ਨਹੀਂ ਹੈਗੇ ਔਰ ਅੱਗੇ ਵੀ ਇਲੈਕਸ਼ਨ ਲੜਦੇ ਹਾਂ ਹੁਣ ਵੀ ਸੀ ਲੜਨੀ ਆ ਸੀ ਪਰ ਸਾਨੂੰ ਪਹਿਲਾਂ ਕਿਸਾਨ ਅੰਦੋਲਨ ਜ਼ਰੂਰੀ ਆ ਨਾ ਕਿ ਇਲੈਕਸ਼ਨ ਆ ਜ਼ਰੂਰੀ ਆ ਪਰ ਤੁਸੀਂ ਕਹਿ ਰਹੇ ਹੋ ਵੀ ਢਾਹ ਲਾਣ ਦੀ ਕੋਸ਼ਿਸ਼ ਹੋ ਰਹੀ ਆ ਪਰ ਕਾਂਗਰਸ ਪਾਰਟੀ ਤਾਂ ਹਮੇਸ਼ਾ ਕਹਿੰਦੀ ਆ ਅਸੀਂ ਜੋ ਹੈ ਕਿਸਾਨਾਂ ਦੀ ਪਾਰਟੀਆਂ ਗੁਰਨੀਤ ਸਿੰਘ ਮਿੱਟੂ ਦੇ ਸੰਸਦ ਦੇ ਬਿਆਨ ਹੈ ਜੋ ਕਾਫੀ ਤੁਹਾਨੂੰ ਪਤਾ ਹੀ ਵੀ ਆ ਵਾਇਰਲ ਵੀ ਹੋ ਰਹੇ ਹਰ ਵਾਰੀ ਕਹਿੰਦੇ ਕਿਸਾਨਾਂ ਦੇ ਨਾਲ ਆ ਕਿਸਾਨਾਂ ਵਾਸਤੇ ਉਹਨਾਂ ਨੇ ਧਰਨਾ ਵੀ ਲਾਈ ਰੱਖਿਆ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ। ਨਹੀਂ ਜੇ ਜੇ ਬਿੱਟੂ ਜੀ ਨੇ ਕਿਸਾਨਾਂ ਦੇ ਨਾਲ ਨਹੀਂ ਤੇ ਫਿਰ ਇਲੈਕਸ਼ਨ ਕੈਂਸਲ ਕਰਾ ਲੰਦੇ ਸਰਕਾਰ ਤਾਂ ਉਹਨਾਂ ਦੀ ਆ ਪੰਜਾਬ ਦੇ ਵਿੱਚ ਫਿਰ ਬਿੱਟੂ ਜੀ ਨੇ ਕਿਉਂ ਨਹੀਂ ਹਲ ਨਾਰਾ ਮਾਰਿਆ ਚੱਲਦੇ ਸਾਡੇ ਨਾਲ ਧਰਨਾ ਲਾਉਂਦਾ ਜੇ ਤੁਹਾਡੀ ਨਹੀਂ ਪਾਰਟੀ ਜੀ ਕੋਈ ਸੁਣਦਾ ਤੇ ਸਾਡੇ ਨਾਲ ਚੱਲਦੇ ਤੁਸੀਂ ਇਲੈਕਸ਼ਨਾਂ ਨੂੰ ਪੋਸਟਪੋਨ ਕਰਾਉਂਦੇ ਤਾਂ ਮੰਨਦੇ ਫਿਰ ਕਿਸਾਨ ਮੰਨਦੇ ਵੀ ਹਾਂ ਵੀ ਬਿੱਟੂ ਸਾਡੇ ਨਾਲ ਖੜਾ ਪਰ ਇੱਕ ਪਾਸੇ ਤੁਸੀਂ ਧਰਨਾ ਲਾਇਆ ਹੋਇਆ ਇੱਕ ਪਾਸੇ ਤੁਸੀਂ ਇਲੈਕਸ਼ਨਾਂ ਦੇ ਵਿੱਚ ਕੰਪੇਨਿੰਗ ਕਰਨ ਜਾ ਰਹੇ ਹੋ ਇੱਕ ਪਾਸੇ ਤੁਸੀਂ ਇਲੈਕਸ਼ਨ ਕਰਾ ਰਹੇ ਹੋ ਫਿਰ ਤੁਸੀਂ ਕਾਹਦੇ ਕਿਸਾਨ ਨੂੰ ਫਿਰ ਤੁਸੀਂ ਕਿਸਾਨ ਵਿਰੋਧੀ ਹੋਏ ਇਹ ਐਕਚੁਅਲੀ ਵਚਨ ਦੋਗਲੀ ਰਣਨੀਤੀ ਆ ਜਿਹੜਾ ਇਹਨਾਂ ਦਾ ਵਿਰੋਧ ਸੀ ਸਿੰਘੂ ਬਾਰਡਰ ਦੇ ਉੱਪਰ ਹੋਇਆ ਸੀ ਇਸੇ ਕਰਕੇ ਹੋਇਆ ਸੀਗਾ ਕਿਉਂਕਿ ਦੋਗਲੀ ਰਣਨੀਤੀ ਖੇਡਦੇ ਆ ਇੱਕ ਪਾਸੇ ਤੁਸੀਂ ਧਰਨਾ ਲਾ ਕੇ ਬੈਠੇ ਹੋ ਦੂਜੇ ਪਾਸੇ ਤੁਹਾਡੇ ਨੁਮਾਇੰਦੇ ਔਰ ਤੁਸੀਂ ਇੱਥੇ ਇੱਕ ਕੰਪੇਨਿੰਗ ਕਰ ਰਹੇ ਹੋ ਫਿਰ ਤੁਸੀਂ ਕਹਿੰਦੇ ਹੋ ਸੀ ਕਿਸਾਨਾਂ ਦੇ ਨਾਲ ਆਸੀਂ ਕਿਸਾਨ ਹਤੈਸ਼ੀ ਆ ਇਹ ਦੋਗਲੀ ਰਣਨੀਤੀ ਸਾਰੇ ਕਿਸਾਨ ਜਾਣਦੇ ਚੰਗੀ ਤਰ੍ਹਾਂ ਜਾਣਦੇ ਆ ਵੀ ਕੌਣ ਕਿਹਦੇ ਨਾਲ ਖੜਾ ਆ ਕੌਣ ਕੀ ਕਰ ਰਿਹਾ ਹੋਰ ਕਿਸੇ ਪਾਰਟੀ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਈ ਅਕਾਲੀ ਦਲ ਨੇ ਵੀ ਆਪਣੇ ਲੀਡਰ ਖੜਾ ਹਟੇ ਸਾਰਿਆਂ ਨੇ ਲੀਡਰ ਖੜਾ ਹਟੇ ਆਪਣੇ ਦੇਖੋ ਕੋਈ ਵੀ ਇਹ ਜਿਹੜੀਆਂ ਪਾਰਟੀਆਂ ਨੇ ਇਹ ਕਾ ಕಾಂಗ್ರೆਸ ਦਾ ਸੈਂਟਰ ਤੋਂ ਇਹਨਾਂ ਦੀ ਸੈਂਟਰ ਦਾ ਡੋਰ ਆ ਅਕਾਲੀ ਦਾਲਾ ਬੀਜੇਪੀ ਦਾ ਡੋਰ ਚਾਹੇ ਅੱਜ ਰੌਲਾ ਪਾਈਆਂ ਨੇ ਛੱਡ ਕੇ ਅਸੀਂ ਆ ਗਏ ਡੋਰ ਇਹਨਾਂ ਦੀ ਬੀਜੇਪੀ ਦੀ ਸਾਚੀ ਆ ਆਮ ਆਦਮੀ ਪਾਰਟੀ ਆ ਉਹ ਵੀ ਦਿੱਲੀ ਆਰਐਸਐਸ ਦੇ ਇਹ ਵੀ ਨਿਕਰਾਂ ਪਾਈ ਫਿਰਦੇ ਆਰਐਸਐਸ ਦੀ ਸਭ ਉਸੇ ਜਿਹੜੀਆਂ ਪਾਰਟੀਆਂ ਸੈਂਟਰ ਤੋਂ ਚੱਲਦੀਆਂ ਨੇ ਅਸੀਂ ਅੱਗੇ ਵੀ ਰੌਲਾ ਪਾਉਣੇ ਹੁੰਦੇ ਆ ਜਿਹੜੀਆਂ ਪਾਰਟੀਆਂ ਸੈਂਟਰ ਤੋਂ ਚੱਲਦੀਆਂ ਨੇ ਉਹ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਅਸੀਂ ਜੇ ਇਹ ਚਾਹੁੰਦੇ ਤੇ ਅੱਜ ਸਾਡੇ ਨਾਲ ਖੜਦੇ ਇਲੈਕਸ਼ਨ ਨੂੰ ਪੋਸਟਪੋਨ ਕਰਾਉਣ ਤੱਕ ਸਾਡੇ ਨਾਲ ਪੂਰਾ ਜ਼ੋਰ ਲਾਉਂਦੇ ਅੱਜ ਇਹਨਾਂ ਨੇ ਉਮੀਦਵਾਰ ਖੜਾਉਦੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕਿਸਾਨਾਂ ਦੇ ਹਤਾਸ਼ੀਆ ਕੇਜਰੀਵਾਲ ਨੇ ਆਹ ਕੁਝ ਕਰਤਾ ਤੇ ਅੱਜ ਕੇਜਰੀਵਾਲ ਫਿਰ ਕਿਉਂ ਇਲੈਕਸ਼ਨ ਕਰਾ ਰਿਹਾ ਪੰਜਾਬ ਦੇ ਵਿੱਚ ਕਿਉਂ ਪਾਰਟਿਸਿਪੇਟ ਕਰ ਰਿਹਾ ਤੂੰ ਵੀ ਕਰਦਾ ਬਾਈਕਾਟ ਅਸੀਂ ਕੀਤਾ ਲੋਕਨ ਸਾਹਿਬ ਪਾਰਟੀ ਨੇ ਇਹ ਵੀ ਵੀ ਕਰ ਰਹੀ ਹੈ ਕਰਨ ਨਾ ਬਾਈਕਾਟ ਕਰਨ ਬੀਜੇਪੀ ਤਾਂ ਪਹਿਲਾਂ ਹੀ ਕਿਸਾਨਾਂ ਦੇ ਖਿਲਾਫ ਆ ਇਹਨਾਂ ਤਾਂ ਜੁੱਤੀਆਂ ਪੈ ਰੀਆਂ ਸਾਂ ਤਾਂ ਔਰ ਪੈਂਦੀਆਂ ਰਹਿਣੀਆਂ ਨੇ ਮੈਂ ਤਾਂ ਕਹਿੰਦਾ ਚੰਗਾ ਰਹੇ ਮਾਰਨ ਜੁੱਤੀਆਂ ਇਹਨਾਂ ਨੂੰ ਅਕਲ ਆਵੇ ਵੀ ਜਿਹੜਾ ਤੁਸੀਂ ਕਿਸਾਨਾਂ ਦਾ ਹਾਲ ਕਰ ਰਹੇ ਤੁਸੀਂ ਕਿਸਾਨਾਂ ਦੇ ਮੂਹਰੇ ਏਡੇ ਏਡੇ ਤੁਸੀਂ ਉੱਥੇ ਸਲੱਖਾਂ ਲਾਤੀਆਂ ਏਡੀਆਂ ਉਹਨਾਂ ਦੇ ਆਪਣੇ ਗੁੰਡੇ ਭੇਜ ਕੇ ਤੁਸੀਂ ਉਹਨਾਂ ਨੂੰ ਕਟਾਰੇ ਹੋ ਉਸੇ ਔਰ ਤੁਸੀਂ ਸਾਡਾ ਨਿਸ਼ਾਨ ਸਾਹਿਬ ਜਿਹੜਾ ਉਹਨੂੰ ਤੁਸੀਂ ਇੱਕ ਖਾਲਸਾਨੀ ਟੈਗ ਦੇ ਰਹੇ ਹੋ ਸਾਡਾ ਨਿਸ਼ਾਨ ਸਾਹਿਬ ਪਵਿੱਤਰ ਨਿਸ਼ਾਨ ਸਾਹਿਬ ਉਹਨੂੰ ਸਾੜ ਰਹੇ ਆ ਇਹ ਲੋਕ ਤੇ ਕਿੰਨਾ ਕੁ ਵਾਰੀ ਇਹ ਤਾਂ ਇਹਨਾਂ ਦੇ ਛੱਤਰ ਪਹਿਣੇ ਚਾਹੀਦੇ ਆ ਮੈਂ ਤਾਂ ਕਹਿੰਦਾ ਇਹਨਾਂ ਦੇ ਪਹਿੰਦੇ ਰਹਿਣਗੇ ਬਟ ਭਾਜਪਾ ਨੂੰ ਸਾਈਡ ਤੇ ਰੱਖ ਕੇ ਕਾਂਗਰਸ ਕਾਲੀਦਲ ਆਮ ਆਦਮੀ ਪਾਰਟੀ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ ਅੱਜ ਕਿਸਾਨਾਂ ਦੇ ਨਾਲ ਖੜਨ ਦਾ ਇੱਕ ਸੁਨੇਹਾ ਦੇਣਾ ਚਾਹੀਦਾ ਸੀ ਗੱਲ ਤਾਂ ਜ਼ਰੂਰ ਲੋਕ ਇਨਸਾਫ ਪਾਰਟੀ ਹਮੇਸ਼ਾ ਗੱਲ ਕਰੀਏ ਤਾਂ ਬੈਂਸਾਹਬ ਨੂੰ ਬਹੁਤ ਕਿਹਾ ਜਾਂਦਾ ਸੀ ਬਹੁਤ ਵਧੀਆ ਇਮੇਜ ਹੈ ਬੈਂਸਾਹਬ ਦੀ ਬਹੁਤ ਵਧੀਆ ਇਮੇਜ ਕਿਹਾ ਜਾਂਦਾ ਹੈਗਾ ਪਰ ਕੁਝ ਦਿਨਾਂ ਤੋਂ ਇਮੇਜ ਜਿਹੜੀ ਹੈ ਖਰਾਬ ਹੋਣੀ ਸ਼ੁਰੂ ਹੋ ਗਈ ਤੁਹਾਨੂੰ ਪਤਾ ਹੀ ਮੈਂ ਕਿਹੜੀ ਬੀਬੀ ਦੀ ਗੱਲ ਕਰ ਰਿਹਾ ਬਲਦਕਾਰ ਦਾ ਇਲਜ਼ਾਮ ਉਹਨਾਂ ਦੇ ਲਾਇਆ ਜਾਂਦਾ ਜਰੂਰ ਜਦੋਂ ਐਸਪੀ ਢਿੱਲੋਂ ਦੀ ਗੱਲ ਆਉਂਦੀ ਹੈ ਤਾਂ ਉਸ ਦੇ ਖਿਲਾਫ ਬੈਂਸਾਹਬ ਧਰਨਾ ਕਰਨ ਲੱਗ ਜਾਂਦੇ ਆ ਧਰਨਾ ਹੁੰਦਾ ਬਿਨਾਂ ਕਿਸੇ ਸਬੂਤਾਂ ਤੋਂ ਧਰਨਾ ਦਿੱਤਾ ਜਾਂਦਾ ਅੱਜ ਬੈਂਸਾਹਬ ਤੇ ਸੇਮ ਅਲੀਗੇਸ਼ਨ ਲੱਗ ਲੱਗ ਰਹੇ ਆ ਬਸ ਬੈਂਸਾਹਬ ਜੋ ਚੁੱਪ ਬੈਠੇ ਹੋਏ ਨੇ ਦੇਖੋ ਚੁੱਪ ਕਿਉਂ ਬੈਠਣਗੇ ਕੌਣ ਚੁੱਪ ਬੈਠਾ ਐਸਪੀ ਢੱਲੋਂ ਤੁਸੀਂ ਗੱਲ ਕੀਤੀ ਹੈ ਸਬੂਤਾ ਸਮੇਤ ਸਾਰਾ ਕੁਝ ਉਹਨਾਂ ਤੇ ਐਫਆਈਆਰ ਦਰਜ ਹੋਈ ਉਹਨਾਂ ਨੂੰ ਪੁਲਿਸ ਤੋਂ ਬਰਖਾਸਤ ਵੀ ਕੀਤਾ ਗਿਆ ਉਹ ਸਬੂਤ ਦਿੱਤੇ ਤਾਂ ਕੀਤਾ ਅੱਜ ਸਰਕਾਰ ਕੀਦੀ ਹੈ ਪੰਜਾਬ ਦੇ ਵਿੱਚ ਕਾਂਗਰਸ ਦੀ ਪ੍ਰਸ਼ਾਸਨ ਕੀਦਾ ਕਾਂਗਰਸ ਦਾ ਪੁਲਿਸ ਕੀਦੀ ਹੈ ਕਾਂਗਰਸ ਦੀ ਅਸੀਂ ਤਾਂ ਉਹ ਲੋਕ ਆ ਅਸੀਂ ਤਾਂ ਇੰਨੇ ਧਰਨੇ ਮਜਾਰੇ ਕੀਤੇ ਆ ਲਾਕਡਾਊਨ ਦੇ ਵਿੱਚ ਛੱਡਦੇ 8-9 ਪਰਚੇ ਹੋਇਆ ਮੇਰੇ ਸਣੇ ਬੈਂਸ ਸਾਹਿਬ ਦੇ ਉੱਪਰ ਮੇਰੇ ਉੱਪਰ ਸਾਡੀ ਸਾਰੀ ਪਾਰਟੀ ਦੇ ਨੁਮਾਇੰਦੇ ਆ ਪਰ 8-8-9 ਪਰਚੇ ਕੀਤੇ ਔਰ ਤੁਹਾਨੂੰ ਕੀ ਲੱਗਦਾ ਕਾਂਗਰਸ ਸਾਨੂੰ ਬਚਾਊਗੀ ਅਸੀਂ ਜਿੱਥੇ ਕੋਈ ਧਰਨਾ ਲਾਉਣ ਜਾਂਦੇ ਛੱਡਦੇ ਉਹਦੇ ਪਰਚਾ ਕੀਤਾ ਜਾਂਦਾ ਪਹਿਲਾਂ ਛੱਡਦੇ ਐਫਆਈਆਰ ਦਰਜ ਕੀਤੀ ਜਾਂਦਾ ਉਦੋਂ ਬਾਅਦ ਸਾਡੇ ਨਾਲ ਗੱਲ ਕੀਤੀ ਜਾਂਦੀ ਆ ਔਰ ਤੁਸੀਂ ਕਹਿੰਦੇ ਹੋ ਅਸੀਂ ਚੁੱਪ ਬੈਠੇ ਆ ਦੇਖੋ ਜਿਹੜੀ ਤੁਸੀਂ ਬੀਬੀ ਦੀ ਗੱਲ ਕਰਦੇ ਹੋ ਉਸਕਾਰ ਜੋ ਸਾਡੀ ਭੈਣ ਆ ਪਰ ਇਹ ਅੱਜ ਅਕਾਲੀ ਦਲ ਦੀ ਆਉਣ ਵਾਲੀ ਜ਼ਿਲ੍ਹਾ ਪ੍ਰਧਾਨ ਆ ਤੁਹਾਨੂੰ ਮੈਂ ਦੱਸ ਦਿੰਨਾ ਮਹਿਲਾ ਵਿੰਗ ਦੀ ਇਹ ਬਣੂਗੀ ਤੁਹਾਡੇ ਸਾਹਮਣੇ ਇਹਨੂੰ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਜਾਊਗਾ ਔਰ ਇਹਦੇ ਪਿੱਛੇ ਹੱਤਕੀ ਦਾ ਸਾਰਾ ਅਕਾਲੀ ਦਲ ਦਾ ਅਕਾਲੀ ਦਲ ਦੇ ਸਾਰੇ ਚੱਲੇ ਹੋਏ ਕਾਰਤੂਸ ਇਸ ਬੀਬੀ ਨੂੰ ਮੋਹਰਾ ਬਣਾਉਣਾ ਚਾਹੁੰਦੇ ਆ ਔ ਹਾਈ ਕੋਰਟ ਵੀ ਜਾਏ ਇੱਥੇ ਵੀ ਲਾ ਲਈ ਲੋਅਰ ਕੋਰਟ ਦੇ ਵਿੱਚ ਪੁਲਿਸ ਵੀ ਜਾ ਕੇ ਸਾਰੇ ਸਾਰਾ ਕੁਝ ਕਰਾ ਕੇ ਦੇਖ ਲਿਆ ਪਰ ਨਹੀਂ ਗੱਲ ਬਣੀ ਕਿਉਂਕਿ ਸਾਰੇ ਫੈਕਟਸ ਮੂਰੇ ਸੀਗੇ ਕੁਝ ਜਦ ਇਦਾਂ ਦੀ ਪੰਜਾਬ ਦਾ ਇੱਕ ਨੁਮਾਇੰਦਾ ਹੋਵੇ ਤੁਹਾਨੂੰ ਕਿਹਾ ਦੋ ਇਦਾਂ ਕਰ ਸਕਦਾ ਜਿਹੜਾ ਪੰਜਾਬ ਦੀ ਗੱਲ ਕਰਦਾ ਹੋਵੇ ਲੋਕਾਂ ਦੀ ਗੱਲ ਕਰਦਾ ਹੋਵੇ ਔਰ ਇਹ ਲੋਕਾਂ ਨੇ ਸਾਡੇ ਉੱਪਰ ਲੰਚਨ ਅਜੇ ਤੱਕ ਪਤਾ ਨਹੀਂ ਕਿੰਨੇ ਕਿੰਨਾਂ ਨੇ ਜ਼ੋਰ ਲਾ ਚੁੱਕੇ ਆ ਰੇਤੇ ਵਾਲੇ ਪਰਚੇ ਤੋਂ ਲੈ ਕੇ 1.5 ਸਾਲ ਜੇਲ ਕੱਟੀ ਆ ਕਰੇ ਤਹਿਸੀਲਦਾਰ ਵਾਲਾ ਕੱਢ ਕੇ ਲਿਆਉਂਦੇ ਇਹਨਾਂ ਨੇ ਉਹ ਵਿੱਚ ਵੀ ਜ਼ੋਰ ਉਹ ਵਿੱਚ ਵੀ ਨਜਾਇਜ਼ ਅੰਦਰ ਰਹਿ ਕੇ ਬੈਂਸਾਪ ਤੇ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਹਤਕੰਡੇ ਬਣਾ ਲੇ ਪਰਚਾ ਕਰਾਉਣ ਪਰਚੇ ਕਰਾਏ ਆ ਜੇਲ੍ਹਾਂ ਚ ਲਾਈਆਂ ਮੱਖ ਵਕ ਜਿਹੜਾ ਜੋਰ ਲੱਗਦਾ ਸੀ ਉਹਨਾਂ ਅਕਾਲੀ ਦਰ ਨੇ ਪੂਰਾ ਜੋਰ ਲਾਇਆ ਆ ਆਪਦੀ ਸਰਕਾਰ ਦੇ ਵਿੱਚ ਤੇ ਅੱਜ ਹੁਣ ਇਹਨਾਂ ਕੋ ਅਖੀਰਲਾ ਇਤਿਹਾਰ ਸੀ ਵੀ ਹੁਣ ਬੈਂਸ ਦੇ ਉੱਪਰ ਬਲਦਕਾਰ ਦਾ ਪਰਚਾ ਦਰਜ ਕਰਾਉਨੇ ਆ ਤਾਂ ਕਿ ਇਹਦੀ ਛਵੀ ਨੂੰ ਕਿਤੇ ਨਾ ਕਿਤੇ ਖਰਾਬ ਕੀਤਾ ਜਾ ਸਕੇ ਪਰ ਇਹ ਏਡੇ ਬੇਵਕੂਫ ਲੋਗ ਨੇ ਤੁਸੀਂ ਇਹਨਾਂ ਦੀ ਛਵੀ ਖਰਾਬ ਨਹੀਂ ਕਰ ਰਹੇ ਤੁਸੀਂ ਇਹਨਾਂ ਦੀ ਛਵੀ ਨੂੰ ਲੋਕਾਂ ਦੇ ਵਿੱਚ ਹੋਰ ਵਧੀਆ ਇਮੇਜ ਬਣਾ ਰਹੇ ਹੋ ਕਿ ਤੁਹਾਡੇ ਵਰਗੇ ਲੋਕ ਅਜੇ ਤੱਕ ਤੁਸੀਂ ਝੂਠੇ ਪਰਚੇ ਪਹਿਲਾਂ ਲੋਕਾਂ ਦੇ ਕਰਾਉਂਦੇ ਰਹੇ ਹੋ ਹੁਣ ਇੱਕ ਪਾਰਟੀ ਦੇ ਵੱਡੇ ਉਹ ਜਿਹੜੀ ਉਹ ਲੇਡੀ ਆ ਕੀਤੇ ਕਰੇ ਹੱਤ ਚੜੀ ਆ ਆ ਸਨੇ ਢਾਂਡੇ ਤੋਂ ਲੈ ਕੇ ਸਨੇ ਹਮੇਸ਼ੰਦਰ ਗਰੇਵਾਲ ਸਾਰੇ ਚੱਲੇ ਹੋਏ ਕਾਰਤੂਸ ਇਹਦੇ سپورਟ ਦੇ ਵਿੱਚ ਪਿੱਛੋਂ ਇਹਨੂੰ ਇਹਨੂੰ ਫੰਡਿੰਗ ਕਰ ਰਹੇ ਆ ਅੱਜ ਇਹ ਮੈਂ ਕਹਿੰਦਾ ਇਹਦੇ ਖਾਤੇ ਦੀ ਚੈਕਿੰਗ ਹੋਣੀ ਚਾਹੀਦੀ ਆ ਤੁਹਾਨੂੰ ਕਿੰਨੇ ਪੈਸੇ ਤੁਹਾਨੂੰ ਮਿਲੇ ਆ ਪਰ ਇਹ ਬੜੀ ਮਾੜੀ ਗੱਲ ਆ ਇੱਕ ਤੁਸੀਂ ਇੱਕ ਇੱਕ ਲੇਡੀ ਹੋ ਅੱਜ ਤੁਸੀਂ ਇੱਕ ਔਰਤ ਸਮਾਜ ਦੇ ਉੱਪਰ ਕਿੱਡਾ ਬੜਾ ਦਾਗ ਲਾ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐਸ ਗੱਲ ਦੀ ਹੱਲੇ ਵੀ ਮੈਂ ਭੈਣ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੂੰ ਛੱਡ ਦੇ ਨਾ ਇਹਨਾਂ ਦੀ ਗੱਲਾਂ ਚਾਹ ਜਿਹੜੀ ਸੱਚਾਈ ਹੈਗੇ ਲੋਕਾਂ ਨੂੰ ਦੱਸ ਉਹ ਤਾਂ ਕਮਿਸ਼ਨਰ ਅਫੀਸਰ ਹੁਣ ਪੱਕਾ ਮੋਰਚਾ ਲਾ ਕੇ ਬੈ ਗਈ ਆ ਡੀਐਸਪੀ ਸੇਖੋ ਵੀ ਉਹਦੇ ਜੋ ਸਸਪੈਂਡ ਕੀਤੇ ਗਏ ਸੀ ਉਹ ਵੀ ਹੱਕ 'ਚ ਆ ਗਏ ਨੇ ਹੋਰ ਵੀ ਹੋਰ ਵੀ ਕਈ ਲੇਡੀਜ਼ ਨੇ ਉਹਦੇ ਹੱਕ 'ਚ ਆਈਆਂ ਉਹ ਤਾਂ ਕਹਿ ਰਹੀ ਮੇਰੇ ਨਾਲ ਧੱਕਾ ਹੋ ਰਿਹਾ ਤੇ ਇਸ ਧੱਕੇ ਦੇ ਪਿੱਛੇ ਆਸ਼ੂ ਵੀ ਹੈ ਮੰਤਰੀ ਆਸ਼ੂ ਵੀ ਹੈ ਆਪਣੇ ਭਰਤਪੁਸ਼ਨ ਆਸ਼ੂ ਵੀ ਮੰਤਰੀ ਹੈ ਕਿਉਂਕਿ ਦੋਨੋਂ ਇੱਕੋ ਹੀ ਨੇ ਜੇ ਗੱਲ ਕਰੀਏ ਬੈਂਸ ਦੀ ਤੇ ਭਰਤਪੁਸ਼ ਅਸ਼ੂ ਦੀ ਦੋਨੋਂ ਇੱਕ ਨੇ ਦੋਨੋਂ ਫਰੈਂਡਸ ਨੇ ਪੁਰਾਣੇ ਫਰੈਂਡਸ ਐ ਉਹ ਹੀ ਨਹੀਂ ਪਰਚਾ ਹੋਣ ਦੇ ਰਹੇ ਉਹਨਾਂ ਤੇ ਜਿੱਥੇ ਜਿੱਥੇ ਇਹਨਾਂ ਨੂੰ ਕੋਈ ਚੀਜ਼ ਨਹੀਂ ਲੱਭਦੀ ਨਾ ਫਿਰ ਇਹ ਵਿੱਚ ਮੰਤਰੀ ਆਸ਼ੂ ਵਾਰ ਲਿਆਉਂਦੇ ਵੀ ਇਹ ਮੰਤਰੀ ਆਸ਼ੂ ਨੇ ਐ ਕਰਤਾ ਮੰਤਰੀ ਆਸ਼ੂ ਨੇ ਓਹ ਕਰਤਾ ਹੁਣ ਮੈਂ ਮੇਰੇ ਦੋਸਤ ਹਰ ਪਾਰਟੀ 'ਚ ਹੋਣਗੇ ਮੇਰੇ ਕਾਲੀਦਲ 'ਚ ਵੀ ਦੋਸਤ ਐ ਮੇਰੇ ਕਾਂਗਰਸੀ ਵੀ ਮਿੱਤਰ ਨੇ ਬੰਦੇ ਹੋ ਨਾ ਦੋਸਤ ਨੇ ਮੇਰੇ ਕਾਲੀਦਲ 'ਚ ਵੀ ਦੋਸਤ ਨੇ ਮੇਰੇ ਕਾਂਗਰਸੀ ਵੀ ਮਿੱਤਰ ਨੇ ਪਰ ਸਾਨੂੰ ਪਾਰਟੀ ਪਹਿਲਾਂ ਹੁੰਦੀ ਐ ਅਸੀਂ ਪਾਰਟੀ ਦੇ ਸਿਧਾਂਤਾਂ ਦੇ ਕੰਮ ਕਰਨਾ ਨਾ ਕਿ ਦ ਔਰ ਇਹਨਾਂ ਨੂੰ ਇੱਕ ਗੱਲ ਮਿਲੀ ਹੋਈ ਆ ਵੀ ਜਿੱਥੇ ਬੈਂਸ ਦਾ ਨਾਮ ਆਉਣਾ ਉਥੇ ਮੰਤਰੀ ਆਸ਼ੂ ਦਾ ਨਾਮ ਲੈ ਲਓ ਜਿੱਥੇ ਕੋਈ ਆਸ਼ੂ ਦੀ ਗੱਲ ਹੋਣੀ ਹੈ ਉਥੇ ਬੈਂਸ ਦਾ ਨਾਮ ਲੈ ਲਓ ਇਹਨਾਂ ਨੂੰ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਜਿਹੜੇ ਤੁਸੀਂ ਡੀਐਸਪੀ ਸੇਖੋਂ ਦੀ ਗੱਲ ਕਰਦੇ ਹੋ ਉਹ ਡਿਪਰੈਸ਼ਨ ਦਾ ਮਰੀਜ਼ ਆ ਚਿੱਟੇ ਦਾ ਪਰਚਾ ਇਹਦੇ ਤੇ ਹੋਇਆ ਜਾ ਕੇ ਲੱਭੋ ਬਠਿੰਡੇ ਤੁਹਾਨੂੰ ਲੱਭ ਜੂਗਾ ਇਸ ਬੰਦੇ ਦੇ ਉੱਪਰ ਘਰਾਂ ਦੇ ਬਾਹਰ ਲੋਕਾਂ ਨੂੰ ਗੱਡੀਆਂ ਰੋਕਣ ਦਾ ਅਨਨ ਗੇਟ ਲਾ ਕੇ ਵੀ ਗੱਡੀ ਤੁਹਾਨੂੰ ਨਿਕਲ ਨਹੀਂ ਦੇਣੀ ਤੁਹਾਡੇ ਦੇ ਲੋਕਾਂ ਦੇ ਉੱਪਰ ਸ਼ਰੇਮ ਜ਼ੁਲਮ ਕਰਦਾ ਰਿਹਾ ਇਹੇ ਵੀ ਥੋੜੀ ਗੱਡੀ ਸੀ ਤੁਸੀਂ ਗਲੀ ਦੇ ਵਿੱਚ ਗੱਡੀ ਕਿਵੇਂ پارک ਕਰਦੇ ਥੋਨੂੰ ਗੱਡੀ ਸੀ ਬਾਹਰ ਨਿਕਲਦੇ ਮੈਂ ਡਿਪਰੈਸ਼ਨ ਦਾ ਮਰੀਜ਼ ਆ ਘਰ ਦੇ ਆ ਛੱਡ ਕੇ ਨੂੰ ਬਾਹਰ ਜਾ ਚੁੱਕੇ ਆ ਹੁਣ ਅੱਜ ਇਹ ਬੀਬੀ ਦੀ ਸਪੋਰਟ ਕਰਨ ਆਇਆ ਤਾਂ ਕਿ ਇਹਨੂੰ ਆਇਆ ਸੀ ਮੈਂ ਕਿਤੇ ਨਾ ਕਿਤੇ ਸਿਮਪਥੀ ਗ੍ਰੇਟ ਕਰ ਲੂੰਗਾ ਇਹੋ ਜਿਹੇ ਗੱਲਾਂ ਕਰਨਾ ਇਹਨੂੰ ਮੈਂ ਦੱਸਣਾ ਡੀਐਸਪੀ ਨੂੰ ਕੁਝ ਨਹੀਂ ਹੋਣਾ ਤੂੰ ਆਪਣੀ ਨੌਕਰੀ ਜੁਆਇਨ ਕਰ ਜਵਾਕੇ ਦਮਾਗ ਇਮਾਨਦਾਰੀ ਨਾਲ ਨੌਕਰੀ ਕਰ ਐਵੇਂ ਲੋਕਾਂ ਨੂੰ ਗਮਰਾ ਨਾ ਕਰ ਔਰ ਜਿਹੜੀ ਤੁਸੀਂ ਲੇਡੀਜ਼ ਦੀ ਹੋਰ ਗੱਲ ਕਰਦੇ ਜਿਹੜੀ ਹੋਰ ਲੇਡੀਜ਼ ਆਈਆਂ ਨੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਥੋੜੇ ਦਿਨਾਂ ਦੇ ਆਉਣ ਦੇ ਵਿੱਚ ਵਿੱਚ ਔਰ ਇਹਨਾਂ ਨੂੰ ਭੇਜ ਕੇ ਇਹਨਾਂ ਨਾਲ ਬਿਠਾਇਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਦੇਖੋ ਜੀ ਆਮ ਲੇਡੀ ਉੱਠ ਕੇ ਘਰੋਂ ਆ ਕੇ ਇਹਨਾਂ ਨਾਲ ਬਹਿ ਗਈ ਆ ਸਭ ਡਰਾਮੇਵਾਦੀ ਹੈ ਸਭ ਅਕਾਲੀ ਦਲ ਬੈਂਸਾਹਬ ਦਾ ਇੱਕ ਇਮੇਜ ਡਾਊਨ ਕਰਨਾ ਚਾਹੁੰਦੇ ਸੀ ਪਰ ਉਹਨਾਂ ਦੀ ਕਰਦੇ ਕਰਦੇ ਇਹਨਾਂ ਦੇ ਆਪ ਦੇ ਪੱਲੇ ਕੁਝ ਨਹੀਂ ਰਿਹਾ ਤੁਸੀਂ ਕਹਿ ਰਹੇ ਹੋ ਵੀ ਇਮੇਜ ਜੋ ਹੈ ਡਾਊਨ ਕਰਨਾ ਚਾਹੁੰਦੇ ਆ ਬੈਂਸਾਹਬ ਪਹਿਲਾਂ ਡਿਵੈਲਪਮੈਂਟ ਕਰਕੇ ਜਾਣੇ ਜਾਂਦੇ ਸੀ ਪਰ ਹੁਣ ਏਰੀਆ ਦਾ ਜੇ ਗੱਲ ਕਰੀਏ ਤਾਂ ਬਹੁਤ ਮਾੜਾ ਹਾਲਾਤ ਹੀ ਹੈ ਕਿਉਂਕਿ ਅਸੀਂ ਵੀ ਜਾ ਕੇ ਆਏ ਹਿੰਮਤਸنگਨਗਰ ਦੀਆਂ ਅਸੀਂ ਵੀ ਤਸਵੀਰਾਂ ਜੋ ਦੇਖਿਆ ਨੇ ਉਹ ਬੈਂਸਾਪ ਦੇ ਅੰਡਰ ਹੀ ਆਂਦਾ ਉਹ ਵੀ ਇਹ ਹਲਕੇ ਚ ਪੈਂਦੀ ਹੈ ਨਹੀਂ ਉਹ ਹਿੰਮਤਸنگਨਗਰ ਹਲਕਾ ਗਿਲਚ ਪੈਂਦਾ ਮੇਰੇ ਹਲਕਾ ਜਿਹਦੇ ਵਿੱਚ ਐਮਐਲਏ ਕੁਲਦੀਪ ਸਿੰਘ ਵੈਦ ਤੁਹਾਨੂੰ ਜਾਣਕਾਰੀ ਕਿਸੇ ਨੇ ਗਲਤ ਦਿੱਤੀ ਆ ਉਹਦੇ ਵਿੱਚ ਕੁਲਦੀਪ ਸਿੰਘ ਵੈਦ ਐਮਐਲਏ ਆ ਜਿਹੜੇ ਡੀਸੀ ਹੁੰਦੇ ਸੀ ਬਾਅਦ ਚੋਂ ਡੀਸੀ ਛੱਡ ਕੇ ਆਇਆ ਮੈਂ ਜੀ ਮੈਂ ਡੀਸੀ ਰਿਆਂ ਵੀ ਮੈਂ ਮੈਨੂੰ ਐਮਐਲਏ ਬਣਾਓ ਮੈਂ ਵਿਕਾਸ ਕਰੂੰਗਾ ਐਡੇ ਵੱਡੇ ਵੱਡੇ ਸ਼ਕੂਬੇ ਜਿਹੜਾ ਲੋਕਾਂ ਦਾ ਬੇਫਕੂਹ ਨੇ ਇਲੈਕਸ਼ਨਾਂ ਚ ਬਣਾਇਆ ਹੁਣ ਲੋਕੀ ਸਮਝ ਗਏ ਤੇ ਹੁਣ ਇਹ ਕਹਿੰਦੇ ਸੀ ਤੁਹਾਨੂੰ ਫੰਡ ਦੇਵਾਂਗੇ ਜੀ ਅਸੀਂ ਇੰਨੀ ਗਰੰਟੀ ਦੇਵਾਂਗੇ ਵੀ ਤੁਸੀਂ ਮੈਨੂੰ ਗੱਲ ਦੱਸੋ ਕੁਵਰ ਜੀ ਹਰ ਵਾਰ ਜਦੋਂ ਬੰਦਾ ਇੱਕ ਐਮਐਲਏ ਬਣਦਾ ਪਹਿਲੇ 4 ਸਾਲੋਂ ਪਹਿਲਾਂ ਉਹ ਆਫ ਦੇਟ ਪਰਦਾ ਜਿਹੜਾ ਸੱਤਾ 'ਚ ਬੈਠਾ ਫਿਰ ਜਦੋਂ ਜਾਂਦੀ ਹੋਈ ਇਲੈਕਸ਼ਨ ਇੱਕ ਸਾਲ ਰਹਿ ਜਾਂਦਾ ਉਦੋਂ ਫੰਡ ਦੇਣ ਲੱਗ ਜਾਂਦਾ ਯਾਰ ਇਹ ਚੀਜ਼ ਅਸੀਂ ਕਿੰਨੇ ਸਾਲਾਂ ਤੋਂ ਪਿਛਲੇ 70 80 ਸਾਲਾਂ ਨੂੰ ਦੇਖਦੇ ਆ ਰਹੇ ਹਾਂ ਆ ਚੀਜ਼ਾਂ ਤੇ ਹੱਲੇ ਵੀ ਉਸੇ ਪੈਟਰਨ 'ਤੇ ਚੱਲ ਰਹੇ ਹਾਂ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਫੰਡ ਦੇਂਦੇ ਇਹਦਾ ਮਤਲਬ ਤੁਸੀਂ 4 ਸਾਲ ਲੋਕਾਂ ਨੂੰ ਨਰਕ ਚ ਕਟਾਉਨੇ ਹੋ ਫਿਰ ਤੁਸੀਂ ਕਹਿੰਦੇ ਵੀ ਆਹ ਤੁਹਾਨੂੰ ਸੜਕਾ ਬਣਾਤੀਆਂ ਵੀ ਐਂਡ ਦੇ ਸਾਲ ਵਾਹੋ ਹੀ ਖੱਟ ਲਈਏ ਪਰ ਹੁਣ ਲੋਕ ਬੜੇ ਸਿਆਣੇ ਆ ਇਹ ਐਮਐਲਏ ਚਾਹੇ ਡੀਸੀ ਹੋਵੇ ਜਿਹੜਾ ਮਰਜ਼ੀ ਹੋਵੇ ਹੁਣ ਇਹਨਾਂ ਨੂੰ ਦੱਸਾਂਗੇ ਲੋਕ 2022 ਦੇ ਵਿੱਚ ਤੁਹਾਡੇ ਸਾਹਮਣੇ ਦੇਖਿਓ ਨਾ ਇਹਦੀ ਬਾਜੀ ਪਾਈ ਲੋਕ ਪਵਾਉਣਗੇ ਤੁਹਾਡੇ ਸਾਹਮਣੇ ਬਾਜੀ ਪਵਾ ਕੇ ਤਾਂ ਹਾਂਗਾ ਰ ਇਹਨੂੰ ਐਮਐਲਏ ਮੈਂ ਕਿਹਾ ਦੁਬਾਰਾ ਸਾਰੀ ਉਮਰ ਐਮਐਲਏ ਨਹੀਂ ਬਣਦਾ ਗੁਲਦੀਪ ਸਿੰਘ ਦੇ ਵੈਦ ਵੈਦ ਦੀ ਤੁਸੀਂ ਗੱਲ ਵਿੱਚ ਲੈ ਆਂਦੇ ਹੋ ਹਰ ਵਾਰੀ ਬੈਂਸਾਪ ਦੇ ਪੰਜ ਕੰਮ ਗਿਨਾ ਦਿਓ ਮੇਰਾ ਹਲਕਾ ਹੈ ਨਹੀਂ ਉਹਨਾਂ ਦੇ ਹਲਕੇ ਤੁਹਾਨੂੰ ਨਾਲ ਲੈ ਕੇ ਚੱਲਦਾ ਤੁਹਾਨੂੰ ਮੈਂ ਕੱਲੇ-ਕੱਲੇ ਡਿਵੈਲਪਮੈਂਟ ਦੇ 5 ਕਿਉ ਗਣਾਉਂਗਾ ਤੁਹਾਨੂੰ ਮੈਂ 100 ਗਣਾਉਂਗਾ ਵੀ ਆ ਤੁਹਾਨੂੰ ਦੱਸੂਗਾ ਵੀ ਆ ਫਰਾਨੇ ਕੰਮ ਕੀਤੇ 1 ਗਣਾ ਦੋ 5 5 ਹੋਣੇ ਕਿਨਾਂ ਮੈਂ ਤੁਹਾਨੂੰ ਦੱਸੂਗਾ ਨਾਲ ਤੁਹਾਨੂੰ ਮੇਰੇ ਤੁਹਾਨੂੰ ਮੇਰੇ ਨਾਲ ਚੱਲੋ ਤੁਹਾਨੂੰ ਮੈਂ ਅੱਜ ਹੋ ਮੇਰੇ ਨਾਲ ਚਲੋ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਵੀ ਆ ਅਸੀਂ ਕੰਮ ਕੀਤੇ ਪਾਰਕਾਂ ਤੋਂ ਲੈ ਕੇ ਲੈ ਸੜਕਾਂ ਤੋਂ ਲੈ ਕੇ ਲੈ ਗਲੀਆਂ ਨਾਲੀਆਂ ਤੋਂ ਲੈ ਕੇ ਹੁਣ ਇੱਥੇ ਮੈਂ ਗਣਾਂ ਲਾ ਜਾਨ ਲੋਕਾਂ ਨੇ ਗਣਾ ਐਵੇਂ ਮਰੀ ਜਾਂਦਾ ਮੇਰੇ ਨਾਲ ਚੱਲੋ ਤੁਸੀਂ ਹੁਣ ਜਿਹੜਾ ਮੁੰਡਾ ਆਪੋਜੀਸ਼ਨ ਚ ਬੈਠਾ ਜਿਹੜਾ ਬੰਦਾ ਐਮਐਲਏ ਆਪੋਜੀਸ਼ਨ 'ਚ ਬੈਠਾ ਆ ਜਿਹੜਾ ਪਿਛਲੇ 10 ਸਾਲਾਂ ਤੋਂ ਆਜ਼ਾਦ ਐਮਐਲਏ ਬਣ ਰਿਹਾ ਇੱਕ ਵਾਰ ਪਾਰਟੀ ਤੋਂ ਬਣਿਆ ਹੁਣ ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਫੰਡ ਦਿੰਦੀ ਆ ਤੁਸੀਂ ਜਾ ਕੇ ਸਾਨੂੰ ਛੱਡ ਕੇ ਕਿਸੇ ਹੋਰ ਆਪੋਜੀਸ਼ਨ ਦੇ ਐਮਐਲਏ ਨੂੰ ਪੁੱਛੋ ਵੀ ਤੁਹਾਨੂੰ ਫੰਡ ਆਉਂਦੇ ਆ ਕਿ ਨਹੀਂ ਆਉਂਦੇ ਉਹਦੇ ਵਿੱਚ ਜਿਹੜੇ ਦੂਜੇ ਪੱਸੇ ਜਿਹੜੇ ਸਰਕਾਰ ਦੇ ਵਿੱਚ ਸੱਤਾ 'ਚ ਬੈਠੇ ਇਹਨਾਂ ਦੇ ਜਿਹੜੇ ਆਪਦਿਆਂ ਨੂੰ ਹਲਕਾ ਇੰਚਾਰਜ ਕੋ ਹੁੰਦੇ 3-4 ਹਲਕਿਆਂ 'ਚ ਇੰਚਾਰਜ ਨੇ ਉਹ ਕਹਿੰਦੇ ਅਸੀਂ ਡਿਵੈਲਪਮੈਂਟ ਕਰਾਵਾਂਗੇ ਵੀ ਤੁਸੀਂ ਕਿਵੇਂ ਡਿਵੈਲਪਮੈਂਟ ਕਰਾਉਂਗੇ ਹਲਕੇ ਦਾ ਐਮਐਲਏ ਸਿਮ ਇਹਦੇ ਵਿੱਚ ਜਾਣ ਕੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਛਵੀ ਖਰਾਬ ਕਰਨਾ ਚਾਹੁੰਦੇ ਆ ਪੂਰਾ ਜੋਰ ਲਗਿਆ ਇਹਨਾਂ ਦਾ ਵੀ ਕਿਤੇ ਨਾ ਕਿਤੇ ਬੈਂਸ ਦੀ ਛਵੀ ਖਰਾਬ ਕਰਦੀ ਹੈ ਪਰ ਜਿਹੜੀ ਅਸੀਂ ਡਿਵੈਲਪਮੈਂਟ ਦੀ ਗੱਲ ਕਰਤੀ ਹੈ ਇਹ ਅੱਜ ਮੇਰੇ ਨਾਲ ਸ਼ਰਤ ਰਹੀ ਤੁਸੀਂ ਮੇਰੇ ਨਾਲ ਚੱਲੂਗੇ ਤੁਹਾਨੂੰ ਮੈਂ ਕੱਲੀ ਕੱਲੀ ਡਿਵੈਲਪਮੈਂਟ ਦੀ ਦਿਖਾਗਾ ਹਾਂ ਵੀ ਜੇ ਡਿਵੈਲਪਮੈਂਟ ਕਿੱਥੇ ਕਿੱਥੇ ਹੋਈ ਆ ਔਰ ਜੇ ਊਵਰ ਜੀ ਡਿਵੈਲਪਮੈਂਟ ਹੁੰਦੀ ਆ ਜਾਂ ਲੋਕਾਂ ਦੇ ਕੰਮ ਹੁੰਦੇ ਤਾਂ ਹੀ ਆਜ਼ਾਦ ਦੋਪਰਾ ਜਿੱਦਦੇ ਆ ਇਹ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਆ ਵੀ ਦੋਪਰਾ ਆਜ਼ਾਦ ਜਿੱਤੇ ਆ ਇੱਥੇ ਸਰਪੰਚ ਨਹੀਂ ਜ ਸੋ ਇਹਨਾਂ ਦੀਆਂ ਗੱਲਾਂ ਤੁਸੀਂ ਇਹਨਾਂ ਸੀਰੀਅਸਲੀ ਨਾ ਲਿਆ ਕਰੋ ਇਹ ਬੇਫਕੂ ਲੋਗ ਨੇ ਇਹਨਾਂ ਗੱਲਾਂ ਕਰਨੀਆਂ ਨੇ ਦੁਬਾਰਾ ਫਿਰ ਚੱਜਣਾ ਅਗਲੀ ਵਾਰ 2022 ਦੇ ਵਿੱਚ ਫਿਰ ਦੋ ਸੀਟਾਂ ਤੋਂ ਪਹਿਲਾਂ ਦੋ ਸੀ ਹੁਣ ਤੁਹਾਡੇ ਸਾਹਮਣੇ 10 ਤੋਂ ਵਧਾ ਕੇ ਦਿਖਾਵਾਂਗੇ ਵੀ ਕਿਵੇਂ ਜਿੱਤੀ ਜਾਂਦੀ ਹੈ ਕਿਵੇਂ ਇਲੈਕਸ਼ਨ ਲੜੀ ਜਾਂਦੇ ਔਰ ਕਿਵੇਂ ਕੰਬੀਨਿੰਗ ਕੀਤੀ ਜਾਂਦੀ ਕਿਵੇਂ ਲੋਕੀ ਕਿਵੇਂ ਉੱਠ ਕੇ ਸਾਡੇ ਨਾਲ ਘਰਾਂ ਦੇ ਵਿੱਚੋਂ ਕਿਵੇਂ ਸਾਡੇ ਨਾਲ ਸਾਡਾ ਸਾਨੂੰ ਹੱਤਾਂ ਚ ਚੱਕ ਕੇ ਸਾਨੂੰ ਕਹਿੰਦੇ ਵੀ ਤੈਨੂੰ ਵੋਟ ਪਾਉਣੀ ਹੈ ਅਸੀਂ ਇਹ ਐ ਨਹੀਂ ਕਹਿੰਦੇ ਤੁਸੀਂ ਕਹਿ ਰਹੇ ਹੋ 10 ਸੀਟਾਂ ਲਿਆਵਾਂਗੇ ਪਰ ਲੋਕ ਇਨਸਾਫ ਪਾਰਟੀ ਦਾ ਹੁਣ ਕਿਆ ਜਾ ਰਿਹਾ ਗੱਠ ਜੋੜ ਬੜਾ ਜਲਦੀ ਕਾਂਗਰਸ ਨਾਲ ਹੋ ਜਾਏਗਾ ਮੈਂ ਤੁਹਾਨੂੰ ਕਹੀ ਜਾਂਣਾ ਇਹਨਾਂ ਨੇ ਬੜਾ ਕੁਝ ਕਹਿਣਾ ਵੀ ਇਹਨਾਂ ਦੀ ਕੈਪਟਨ ਨਾਲ ਸੈਟਿੰਗ ਹੋਗੀ ਇਹਨਾਂ ਦੇ ਜੀ ਫਲਾਣੇ ਲੀਡਰ ਨਾਲ ਸੈਟਿੰਗ ਹੋਗੀ ਜੇ ਸਾਡੀ ਕੈਪਟਨ ਭਾਈ ਸੈਟਿੰਗ ਹੋਵੇ ਸਾਡੇ ਦੇ ਪਰਚੇ ਕਿਉਂ ਹੁਣ ਮੈਂ ਤਾਂ ਆਪ ਕਹਿੰਦਾ ਮੇਰੇ ਥੋੜੇ ਸਾਹਮਣੇ ਆ ਮੇਰੇ ਤੇ ਹਮਲਾ ਹੁੰਦਾ ਉਹਦੇ ਐਮਪੀ ਦੇ ਘਰ ਦੇ ਬਾਹਰ ਬੈਂਸ ਦੇ ਉੱਪਰ ਅਸੀਂ ਪਟਿਆਲੇ ਜਾਂਦੇ ਆ ਦਲੇ ਦੇ ਵਜੀਫੀਆਂ ਦੇ ਉੱਪਰ ਧਰਨਾ ਲਾਉਣ ਸਾਡੇ ਉੱਥੇ ਪੂਰੀ ਡੰਗ ਭਰਾਈ ਜਾਂਦੀ ਹੈ ਸਾਡੇ ਦੇ ਪਰਚਾ ਦਿੱਤਾ ਜਾਂਦਾ ਅਸੀਂ ਯਾਤਰਾ ਕੱਢਦੇ ਆ ਕਿਸਾਨੀ ਅੰਦੋਲਨ ਦੇ ਵਿੱਚ ਜੂਨ ਦੇ ਵਿੱਚ ਅਸੀਂ ਯਾਤਰਾ ਕੱਢੀ ਜਦੋਂ ਆਰਡੀਨੈਂਸ ਸੀਗਾ ਜਿਹੜੇ ਜਿਹੜੇ ਜ਼ਿਲ੍ਹੇ ਚੋਂ ਨਿਕਲੇ ਸਾਰੇ ਜ਼ਿਲ੍ਹਿਆਂ ਦੇ ਪਰਚੇ ਹੋਏ 6 ਪਰਚੇ ਜੇ ਸਾਡੇ ਨਾ ਨਾ ਗਠਜੋੜ ਹੋਵੇ ਸਾਡੇ ਦੇ ਪਰਚੇ ਕਿਉਂ ਹੋਣ ਇਹ ਲੋਕਾਂ ਦੀਆਂ ਗੱਲਾਂ ਚਾਹੁੰਦੇ ਆ ਲੋਕਾਂ ਦੀਆਂ ਗੱਲਾਂ ਜਨਾ ਉਹ ਤੁਹਾਨੂੰ ਜਾਣ ਕੇ ਖਰਾਬ ਕਰਨਾ ਚਾਹੁੰਦੇ ਆ ਕੁਝ ਲੋਕ ਨਹੀਂ ਬਿਲਕੁਲ ਇਹ ਚਾਉਂਦੇ ਵੀ ਕਿ ਤਨਾ ਕਿਤੇ ਇਹਨਾਂ ਦੀ ਜਿਹੜੀ ਏਡੀ ਸਾਖ ਬਣੀ ਹੈ ਲੋਕਨ ਸਾਭਾ ਪਾੜੀ ਇਹਨੂੰ ਖਰਾਬ ਕੀਤਾ ਜਾਵੇ ਪਰ ਉਹ ਹੋਣੀ ਪਣੀ ਇਹਨਾਂ ਨੇ ਸਾਰੇ ਜ਼ੋਰ ਹੱਥ-ਗੰਡੇ ਲਾ ਕੇ ਐਂਡਰ ਐਂਡਰ ਹੱਥ-ਗੰਡਾ ਆਹ ਬਲਦਕਾਰ ਵਾਲਾ ਹੁਣ ਇਸ ਤੋਂ ਉੱਪਰ ਕੁਝ ਨਹੀਂ ਹੁਣ ਇਸ ਤੋਂ ਉੱਪਰ ਕੀ ਆ ਹੁਣ ਮਾਰਨਗੇ ਸਾਹਮਣੇ ਚਾਕੂ ਮਾਰਨਗੇ ਜਾਂ ਗੋਲੀ ਮਾਰਨਗੇ ਇਸ ਤੋਂ ਇਲਾਵਾ ਹੁਣ ਸਾਡਾ ਕੁਝ ਨਹੀਂ ਕਰ ਸਕਦੇ ਹੁਣ ਇਹਨਾਂ ਨੂੰ ਅਸੀਂ ਆਹ ਕਹਿੰਨੇ ਆ ਵੀ ਤੁਸੀਂ ਜਿੰਨਾ ਕਿ ਤੁਸੀਂ ਜ਼ੋਰ ਲਾਉਣਾ ਲਾ ਲਓ ਜਿਹੜੇ ਚੱਲੇ ਹੋ ਕਾਰਦੂਸ ਜਿਹੜੇ 2019 ਦੇ ਵਿੱਚ ਕਿੰਨੀਆਂ ਵੋਟਾਂ ਪਈਆਂ ਹਿਮੇਸ਼ੰਦਰ ਗਰੇਵਾਲ ਨੂੰ ਇੱਕ ਪਾਰ ਇੰਨੇ ਪੁਰਾਣੀ ਪਾਰਟੀ ਆ ਜਿਹੜੇ ਕਹਿੰਦੇ ਅਸੀਂ ਸਿੱਖਣ ਦੇ ਹਤਾਸ਼ੀਆਂ ਤੇ ਉਹ 4ਵੇਂ 5ਵੇਂ ਨੰਬਰ ਤੇ ਲਾ ਕੇ ਛੁੱਟ ਤਾਂ ਲਿਆ ਕੇ ਲੋਕਾਂ ਨੇ ਇਹ ਇਹ ਸਮਝ ਲੈਣਾ ਚਾਹੀਦਾ ਇਹਨਾਂ ਨੂੰ ਵੀ ਤੁਸੀਂ ਹਟਜੋ ਹੱਲੇ ਵੀ ਹਟਜੋ ਮਾਫੀ ਮੰਗ ਲਓ ਆ ਕੇ ਬੈਂਸ ਤੋਂ ਲੱਤ ਫੜ ਲਓ ਦੀ ਲੱਤ ਪੈਰ ਫੜ ਲਓ ਤੁਹਾਡਾ ਕੋਈ ਬਣ ਜੂਗਾ ਤੁਸੀਂ ਬਾਰ ਬਾਰ ਕਹਿ ਰਹੇ ਹੋ ਵੀ ਵਿਰੋਧੀ ਪਾਰਟੀਆਂ ਗੱਲ ਕਰ ਰਹੀਆਂ ਲੋਕ ਗੱਲ ਕਰ ਰਹੇ ਨੇ ਪਰ ਗੱਲ ਹੈ ਵੈ ਬੈਂਸ ਸਾਹਿਬ ਦੇ ਪੁਰਾਣੇ ਸਾਥੀ ਨੇ ਹੀ ਕਿਹਾ ਵੀਡੀਓ ਤੁਸੀਂ ਵੀ ਦੇਖੀ ਹੋਣੀ ਸਾਡੇ ਚੈਨਲ ਤੇ ਚੱਲੀ ਆ ਵੀ ਪੰਜ ਕੰਮ ਗਿਨਾ ਦੇਣ ਮੈਂ ਰਾਜਨੀਤੀ ਤੋਂ ਅਸਤੀਫਾ ਦੇ ਦੂੰਗਾ ਜੇ ਪੰਜ ਕੰਮ ਗਿਨਾ ਦਿੱਤੇ ਮੈਂ ਤੁਹਾਨੂੰ ਦੱਸਦਾ ਨਾ ਜੇ ਮੈਂ ਗਣਾ ਦੇ ਤਾ ਉਹ ਅਸਤੀਫਾ ਦੇ ਨਹੀਂ ਹੁਣਾ ਉਹਨਾਂ ਕ ਚੱਲੀ ਮੇਰੇ ਨਾਲ ਜਿਹੜੇ ਤੁਹਾਨੂੰ ਕਹਿੰਦੇ ਆ ਉਹਨਾਂ ਕ ਸਾਡੇ ਨਾਲ ਚੱਲਿਓ ਤੇ ਤੁਹਾਨੂੰ ਕੰਮ ਕੀ ਪੰਜ ਨਹੀਂ ਤੁਹਾਨੂੰ 500 ਬਣਾਉਂਗਾ ਪਰ ਫਿਰ ਅਸਤੀਫਾ ਦੇਣਾ ਪੈਣਾ ਫਿਰ ਉਹਨਾਂ ਕ ਉਸ ਤੋਂ ਬਾਅਦ ਆਹਣ ਕਹਿੰਦੇ ਮੈਂ ਨਹੀਂ ਅਸਤੀਫਾ ਦੇਣਾ ਜੀ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਸਭ ਇਹ ਰੂੰਡੀ ਬਾਜ ਲੋਕ ਨੇ ਤੁਸੀਂ ਕ੍ਰਿਕਟ ਖੇਡਦੇ ਨਾ ਆਪਾਂ ਕ੍ਰਿਕਟ ਦੇ ਵਿੱਚ ਕਈ ਵਾਰ ਬੰਦਾ ਰਨ ਆਊਟ ਹੋ ਜਾਂਦਾ ਫਿਰ ਉਹ ਕਹਿੰਦੇ ਰੂੰਡੀ ਪਿੱਟ ਰਹੇ ਨੇ ਜੀ ਨਹੀਂ ਯਾਰ ਮੈਂ ਤਾਂ ਹੋਇਆ ਨਹੀਂ ਮੈਂ ਤਾਂ ਡੰਡਾ ਬੈਟ ਲਾਤਾ ਸੀ ਲਾਈਨ ਦੇ ਉੱਪਰ ਇਹ ਇਹਨਾਂ ਦਾ ਹਾਲਾਤ ਨੇ ਕਾਂਗਰ ਤੇ ਕਾਲੀ ਰਾਲਿਆਂ ਦੇ ਵੈਸੇ ਕੱਢੇ ਹੋਏ ਆ ਬੰਨ ਇਹਨਾਂ ਦੇ ਕੁਛ ਨਹੀਂ ਕਿਸੇ ਦਾ ਮੈਂ ਖੜਾਇਆ ਸੀ ਤੁਸੀਂ ਕਿਉਂ ਪੁੱਛਦੇ ਹੋ ਹੁਣ ਅੱਜ ਪੁੱਛਦੇ ਹੁੰਦੇ ਤੇ ਇਹਨਾਂ ਦਾ ਕੰਮ ਨਾ ਹੁੰਦੇ ਇਹਨਾਂ ਨੂੰ ਜਾਓ ਉਸੇ ਕੈਪਟਨ ਦੀ ਗੱਡੀ ਕੋਲੇ ਖੜ ਕੇ ਫੋਟੋ ਕਰਾ ਕੇ ਦਿਖਾ ਦੇਣ ਜੇ ਕਿਸੇ ਨੂੰ ਮੈਂ ਕਹਿੰਦਾ ਨੇੜੇ ਖੜਨ ਦੇ ਤਾਂ ਇਹਨਾਂ ਨੂੰ ਤੁਸੀਂ ਤਾਂ ਕਰਾ ਸਕਦੇ ਹੋ ਤੁਹਾਡੀ ਪਾਰਟੀ ਤੱਕ ਮੈਂ ਕਹਿੰਦਾ ਸਾਡੇ ਜੁਰਤਾਂ ਨਾ ਸਾਡੇ ਜੁਰਤਾਂ ਸਾਨੂੰ ਲੋੜ ਨਹੀਂ ਕਿਸੇ ਕਿਸੇ ਕੋਲ ਜਾਣੀ ਸਾਡੇ ਕੋਲੇ ਆਉਂਦੇ ਆ ਲੋਕ ਸਾਨੂੰ ਇਹਨਾਂ ਨੂੰ ਕਿਸੇ ਕੋਲ ਫੋਟੋ ਕਰਾਉਣ ਦੀ ਲੋੜ ਨਹੀਂ ਸਾਡੇ ਸਾਡੇ ਜੁਰਤਾਂ ਸਾਡੇ ਕੋਲ ਲੋਕ ਆਉਂਦੇ ਸਾਨੂੰ ਲੋਕ ਸਾਨੂੰ ਲੋਕਾਂ ਨਾਲ ਸਾਨੂੰ ਪਿਆਰ ਆ ਸਾਨੂੰ ਲੀਡਰਾਂ ਨਾਲ ਪਿਆਰ ਨਹੀਂ ਸਾਨੂੰ ਆਮ ਲੋਕ ਗਰੀਬ ਲੋਕਾਂ ਤੋਂ ਲੈ ਕੇ ਸਾਨੂੰ ਮਤਲਬ ਆ ਸਾਨੂੰ ਕੋਈ ਲੋਡ ਨਹੀਂ ਕਿਸੇ ਦੇ ਮਹਿਲ ਤੇ ਜਾਣ ਦੀ ਕਿਸੇ ਦੇ ਗੱਡੀ ਮਰੇ ਖੜਨ ਦੀ ਇਹਨਾਂ ਨੂੰ ਜ਼ਰੂਰਤ ਜਿਹੜੇ ਲੋਕਾਂ ਦੇ ਨਗਾਰੇ ਹੋਏ ਲੀਡਰ ਇਹਨਾਂ ਨੂੰ ਜ਼ਰੂਰਤ ਹੈ ਜਾ ਕੇ ਉੱਥੇ ਆਪਦੀ ਹਾਜ਼ਰੀ ਭਰਨ ਤਾਂ ਇਹਨਾਂ ਦਾ ਕੁਝ ਬਣਨਾ ਜਾ ਕੇ ਜਾ ਕੇ ਨਹੀਂ ਤਾਂ ਕੁਝ ਨਹੀਂ ਬਣਨਾ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਸੋਏ ਸਨ ਸਾਡੇ ਨਾਲ ਸਣੀ ਗਾਇਤ ਇਹਨਾਂ ਨਾਲ ਗੱਲਬਾਤ ਕਰਕੇ ਹਟਿਆ ਸੋਏ ਸੀ ਅੱਜ ਦੀ ਖਬਰ ਬਤੇਰੀ ਖਬਰਾਂ ਲਈ ਜੁੜੇ ਹੋਏ ਲੁਧਿਆਣਾ ਟਾਈਮਜ਼ ਦੇ ਨਾਲ ਕੈਮਰਾਮੈਨ ਸਤਵੰਦ ਮਠਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ